ਸਥਾਨਕ ਪੁਰੀ ਕਲੋਨੀ ਨਿਵਾਸੀ ਇੱਕ ਦੁਕਾਨਦਾਰ ਤੋਂ ਗੈਂਗਸਟਰ ਗੋਲਡੀ ਬਰਾੜ ਬਣ ਕੇ ਫੋਨ ਉੱਤੇ 1 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਸਥਾਨਕ ਥਾਣਾ ਸਿਟੀ ਪੁਲਿਸ ਪਾਰਟੀ ਵੱਲੋਂ ਸ਼ਿਕਾਇਤਕਰਤਾ ਦੀ ਸ਼ਨਾਖਤ ਉੱਤੇ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋ ਮੋਬਾਈਲ ਅਤੇ ਨਗਦੀ ਬਰਾਮਦ ਕੀਤੀ ਗਈ ਹੈ। ਮਾਮਲੇ ਵਿੱਚ ਸ਼ਿਕਾਇਤਕਰਤਾ ਜੋ ਸਥਾਨਕ ਸਾਧਕ ਚੌਂਕ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਨੇ ਥਾਣਾ ਸਿਟੀ ਨੂੰ ਜਾਣਕਾਰੀ ਦਿੱਤੀ ਕਿ ਬੀਤੀ ਸ਼ਾਮ ਨੂੰ ਉਸ ਦੇ ਮੋਬਾਈਲ ਨੰਬਰ ਤੇ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਆਇਆ ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਮੈਂ ਗੋਲਡੀ ਬਰਾੜ ਕੈਨੇਡਾ ਤੋਂ ਬੋਲ ਰਿਹਾ ਅਤੇ ਮੈਨੂੰ ਤੇਰੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਹੈ ਇਸ ਲਈ ਤੂੰ 1 ਲੱਖ ਰੁਪਏ ਸਾਨੂੰ ਦੇ ਅਤੇ ਜੇਕਰ ਇਹ ਰਕਮ ਨਾ ਦਿੱਤੀ ਤਾਂ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਫੋਨ ਤੋਂ ਬਾਅਦ ਉਸ ਦੇ ਮੋਬਾਈਲ ਫੋਨ ਉੱਤੇ ਫਿਰ ਫੋਨ ਆਇਆ ਜਿਸ ਵਿੱਚ ਇਹਨਾਂ 50,000 ਰੁਪਏ ਦੀ ਮੰਗ ਕਰਕੇ 20,000 ਰੁਪਏ ਤੁਰੰਤ ਮੰਗੇ ਅਤੇ ਬਾਕੀ 30,000 ਰੁਪਏ ਕਿਸੇ ਆਦਮੀ ਵੱਲੋਂ ਆ ਕੇ ਲਿਜਾਣ ਦੀ ਗੱਲ ਆਖੀ ਜਿਸ ਉੱਤੇ ਉਸਨੇ ਜਦ ਆਪਣੇ ਇੱਕ ਨਜ਼ਦੀਕੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਫਿਰੌਤੀ ਮੰਗਣ ਵਾਲਿਆਂ ਦੇ ਬਾਰ ਬਾਰ ਫੋਨ ਆਉਣ ਤੇ ਉਹਨਾਂ ਨੂੰ ਆਵਾਜ਼ ਦੀ ਪਛਾਣ ਹੋਈ ਕਿ ਫੋਨ ਗੁਰਵਿੰਦਰ ਸਿੰਘ ਬੌਬੀ ਪੁੱਤਰ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 2 ਜਰਮਨ ਕਲੋਨੀ ਫਰੀਦਕੋਟ ਵੱਲੋਂ ਕੀਤੇ ਜਾ ਰਹੇ ਨੇ। ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਇਹ ਕਿਰਿਆਣੇ ਦੀ ਦੁਕਾਨ ਕੋਈ ਕਰਦੇ ਬੰਦਾ ਸਾਧਕ ਰੋਡ ਤੇ ਸਾਧਕ ਚੌਂਕ ਚ ਫਰੀਦਕੋਟ। ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗੋਲਡੀ ਬਰਾੜ ਦੇ ਨਾਂ ਤੇ ਲੈ ਕੇ ਦੋ ਬੰਦਿਆਂ ਨੇ। ਉਹਨਾਂ ਨੂੰ ਟੈਕਨੀਕਲ ਸੈੱਲ ਦੇ ਸਹਿਯੋਗ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਦੋ ਬੰਦਿਆਂ ਨੂੰ, ਜੋ ਗੁਰਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ। ਜੋ ਕਿੱਥੋਂ ਇਹ ਫਰੀਦਕੋਟ ਤੋਂ ਹੀ ਟੈਕਨੀਕਲ ਸੈੱਲ ਦੇ ਸਹਿਯੋਗ ਨਾਲ ਉਸ ਉਹਦਾ ਜਿਹੜਾ ਜੇ ਤੋਂ ਫਿਰੌਤੀ ਮੰਗੀ ਉਹਦਾ ਦੋਸਤ ਹੀ ਉਹਨਾਂ ਨੂੰ ਜਾਣਦਾ ਸੀ ਕਹਿੰਦੇ ਉਹਨਾਂ ਦੀ ਆਵਾਜ਼ ਪਛਾਣ ਲਈ ਸੀ ਉਹਨੇ। ਬਰਾਮਦਗੀ ਹੋਈ 5,000 ਉਹਨਾਂ ਤੋਂ ਬਰਾਮਦ। ਹੋਰ ਵੀ ਇਨਵੈਸਟੀਗੇਸ਼ਨ ਰਿਮਾਂਡ 'ਤੇ ਚੱਲ ਰਿਹਾ, ਹੋਰ ਵੀ ਇਨਵੈਸਟੀਗੇਸ਼ਨ ਬਹੁਤ ਕੁਛ। ਸਰ ਇਹਨਾਂ ਖਿਲਾਫ਼ ਕੋਈ ਪਹਿਲਾਂ ਕੋਈ ਨੌਲੇਜ ਦੱਸਦੇ ਆ? ਨਹੀਂ ਪਹਿਲਾਂ ਨਹੀਂ ਕੋਈ ਮੁਕਾਮ ਆ ਰਿਹਾ।